ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਪੂਰਨ ਸੰਤ ਮਹਾਂਪੁਰਖਾਂ ਦੇ ਪੰਜ ਭੂਤਿਕ ਸਰੀਰ ਦੇ ਦਰਸ਼ਨਾਂ ਦਾ ਕੀ ਫਲ ਹੁੰਦਾ ਹੈਗਾ ਅੱਜ ਦਾਸ ਉਸ ਦੇ ਉੱਤੇ ਕੁਝ ਕੁ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਸੰਤਾਂ ਮਹਾਂਪੁਰਖਾਂ ਦਾ ਪੰਜ ਭੂਤਿਕ ਸਰੀਰ ਤੇ ਆਮ ਇਨਸਾਨੀ ਸਰੀਰ ਕਿ ਹੈ ਇਹਦੇ ਵਿੱਚ ਬਿਲਕੁਲ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਸਰੀਰ ਕੋਈ ਵੀ ਹੋਵੇ ਉਹ ਤਾਂ ਪੰਜ ਤੱਤਾਂ ਦਾ ਬਣਿਆ ਹੈਗਾ ਪਰ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਸਰੀਰ ਦੇ ਵਿੱਚ ਜਿਹੜੀ ਰਹਿਣ ਵਾਲੀ ਆਤਮਾ ਹਨ ਉਹ ਕਿਹੋ ਜਿਹੀ ਹੈਗੀ ਆ ਇੱਕ ਉਹ ਆਤਮਾ ਹੈਗੀ ਆ ਜਿਹੜੀ ਸਰੀਰ 'ਚ ਰਹਿੰਦੀ ਆ ਉਹ ਹੈ ਮਲੀਨ ਆਤਮਾ ਤੇ ਇੱਕ ਆ ਬਿਲਕੁਲ ਪਵਿੱਤਰ ਆਤਮਾ ਤੇ ਜੇ ਸਰੀਰ ਦੇ ਵਿੱਚ ਮਲੀਨ ਆਤਮਾ ਰਹਿੰਦੀ ਆ ਤੇ ਉਹ ਸਰੀਰ ਵੀ ਜਿਹੜਾ ਹੈ ਨਾ ਉਹ ਰਾਖਸ਼ਾਂ ਦੀ ਨਿਆਈ ਹੁੰਦਾ ਹੈ ਇਸ ਕਰਕੇ ਜੇ ਸਰੀਰ ਦੇ ਵਿੱਚ ਪਵਿੱਤਰ ਆਤਮਾ ਰਹਿੰਦੀ ਆ ਦੇਵ ਆਤਮਾ ਰਹਿੰਦੀ ਆ ਉਹ ਸਰੀਰ ਵੀ ਫਿਰ ਪੂਜਣ ਯੋਗ ਹੋ ਜਾਂਦਾ ਪਰ ਜਿਹੜੇ ਮਹਾਂਪੁਰਖ ਹੁੰਦੇ ਆ ਜਿਨ੍ਹਾਂ ਸਰੀਰਾਂ ਦੇ ਵਿੱਚ ਇੰਨੀਆਂ ਉੱਚੀਆਂ ਦੇਵ ਆਤਮਾ ਵੱਸਦੀਆਂ ਹੈ ਉਹ ਕਿਵੇਂ ਇਸ ਪਵਿੱਤਰ ਸਰੀਰ ਜਿਹੜਾ ਪੂਜਣ ਯੋਗ ਹੁੰਦਾ ਹੈ ਉਸ ਨੂੰ ਦੁਨੀਆਂ ਨਾ ਪੁੱਜੇ ਇਸ ਦਾ ਬੜਾ ਖਿਆਲ ਰੱਖਦੇ ਆ ਤੇ ਆਪਣੇ ਆਪ ਨੂੰ ਇਸ ਤੋਂ ਕੋਹਾਂ ਦੂਰ ਰੱਖਦੇ ਆ ਤਾਂ ਜੋ ਜਿਹੜੇ ਆਮ ਇਨਸਾਨੀ ਲੋਕ ਹੋ ਆ ਨਾ ਉਹ ਲੋਕ ਇਸ ਦੇਹ ਨੂੰ ਗੁਰੂ ਨਾ ਮੰਨਣਾ ਕਿਉਂਕਿ ਗੁਰੂ ਜਿਹੜਾ ਹੈ ਉਹ ਸ਼ਬਦ ਹੈ ਇਸ ਕਰਕੇ ਮਹਾਂਪੁਰਖ ਜਿਹੜੇ ਆ ਉਹ ਦੇਹੀ ਦੀ ਪੂਜਾ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਆ ਕੇਵਲ ਤੇ ਕੇਵਲ ਗੁਰ ਸ਼ਬਦ ਨੂੰ ਹੀ ਗੁਰੂ ਮੰਨਣ ਸੰਗਤ ਇਸ ਕਰਕੇ ਇਹਤੇ ਜ਼ਿਆਦਾ ਜ਼ੋਰ ਦਿੰਦੇ ਆ ਪਰ ਜਿਹੜੇ ਖਾਸ ਕਰਕੇ ਅਗਿਆਨੀ ਜਾਂ ਦੁਨਿਆਵੀ ਲੋਕ ਆ ਹਨ ਉਹ ਦੇਹ ਨੂੰ ਗੁਰੂ ਸਮਝ ਕੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਮਹਾਂਪੁਰਖ ਇਸ ਚੀਜ਼ ਦਾ ਬੜਾ ਖਿਆਲ ਰੱਖਦੇ ਆ ਜਿਵੇਂ ਇੱਕ ਵਾਰ ਹੈ ਨਾ ਸੰਤ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਭਿੰਡਰਾਵਾਲੇ ਕਿਥੇ ਕਥਾ ਕਰਦੇ ਸੀਗੇ ਕਥਾ ਕਰਦੇ ਕਰਦੇ ਜਦ ਹਨ ਬਾਹਰ ਆਇਆ ਜਿੱਥੇ ਮਹਾਪੁਰਖਾਂ ਦਾ ਜੋੜਾ ਪਿਆ ਸੀਗਾ ਉੱਥੇ ਕੁਦਰਤੀ ਇੱਕ ਸਿੰਘ ਖੜਾ ਸੀਗਾ ਜਦ ਬਾਬਾ ਕਰਤਾਰ ਸਿੰਘ ਜੀ ਆਏ ਤੇ ਜੂੰ ਜੋੜਾ ਪਉਣ ਲੱਗੇ ਤਾਂ ਜਿਹੜਾ ਸਿੰਘ ਖੜਾ ਸੀਗਾ ਉਹਦੇ ਮੂੰਹ 'ਤੇ ਹੱਥ ਰੱਖ ਕੇ ਕਹਿਣ ਲੱਗੇ ਵੀ ਭਾਈ ਅੱਜ ਸਾਡੇ ਜਥੇ ਦੇ ਵਿੱਚੋਂ ਨਾ ਇੱਕ ਸਿੰਘ ਦੀ ਮੌਤ ਹੋ ਜਾਣੀ ਹੈ ਜਦ ਇੰਨੀ ਗੱਲ ਹੋਈ ਤਾਂ ਜੇ ਸਿੰਘ ਨੇ ਜੋੜਾ ਪਾਇਆ ਸੀਗਾ ਉਹ ਕਬਰ ਆ ਗਿਆ ਉਹਨੇ ਸਮਝ ਲਿਆ ਕਿ ਸ਼ਾਇਦ ਮੇਰੀ ਮੌਤ ਹੋ ਜਾਣੀ ਹੈ ਜਦ ਇੰਨੀ ਗੱਲ ਹੋਈ ਤਾਂ ਕਹਿਣ ਲੱਗੇ ਵੀ ਮਹਾਪੁਰਖੋ ਵੇ ਮੇਰੀ ਮੌਤ ਹੋ ਜਾਣੀ ਆ ਤੇ ਬਾਬਾ ਜਸ ਕੇ ਕਹਿਣ ਲੱਗੇ ਕਹਿੰਦੇ ਨਹੀਂ ਨਹੀਂ ਤੇਰੀ ਤਾਂ ਜੇ ਉਮਰ ਬਥੇਰੀ ਪਈ ਆ ਜਦ ਇੰਨੀ ਗੱਲ ਹੋਈ ਤਾਂ ਸਿੰਘ ਫਿਰ ਜਿਹੜਾ ਸੀ ਅੰਦਰੋਂ ਖੁਸ਼ ਹੋ ਗਿਆ ਤੇ ਮਹਾਂਪੁਰਖਾਂ ਵੱਲ ਦੇਖਣ ਲੱਗਾ ਕਹਿਣ ਲੱਗੇ ਬੱਬਾ ਜੀ ਟਾਢੀ ਟਾਢੀ ਤਾਂ ਨਹੀਂ ਕਿਤੇ ਮੌਤ ਹੋ ਜਾਣੀ ਤੇ ਬੱਬਾ ਜਸ ਕੇ ਕਹਿਣ ਲੱਗੇ ਕਹਿੰਦੇ ਭਾਈ ਬੜਾ ਚਲਾਕ ਪਹਿਲਾ ਨੰਬਰ ਤੂੰ ਆਪਣਾ ਰੱਖਿਆ ਦੂਜਾ ਮੇਰਾ ਰੱਖਿਆ ਤੇ ਮਹਾਂਪੁਰਖ ਕਹਿਣ ਲੱਗੇ ਨਹੀਂ ਨਹੀਂ ਅਜੇ ਸਾਡੀ ਵੀ ਬਾਕੀ ਪਈ ਆ ਜਦ ਇੰਨੀ ਗੱਲ ਹੋਈ ਉਹ ਜਿਹੜਾ ਸਗਾ ਸਿੰਘ ਚੁੱਪ ਕਰ ਗਿਆ ਤੇ ਨਾਲ ਹੀ ਫਿਰ ਬਾਬਾ ਜੀ ਉਹਨੂੰ ਕਹਿਣ ਲੱਗੇ ਕਹਿੰਦੇ ਦੇਖ ਆ ਜਿਹੜੀ ਤੇਰੇ ਨਾਲ ਸਾਡੇ ਮੂੰਹ ਨਾਲ ਗੱਲ ਹੁਣ ਨਿਕਲ ਗਈ ਆ ਤੇ ਹੁਣ ਕਿਸੇ ਨਾਲ ਸਾਂਝੀ ਨਹੀਂ ਕਰਨੀ ਹੈਗੀ ਆ ਅੰਦਰ ਦਵਾ ਕੇ ਰੱਖਣੀ ਚੁੱਪ ਰਹਿਣਾ ਹੈਗਾ ਇਹ ਕਹਿ ਕੇ ਮਹਾਪੁਰਖ ਸੰਤ ਕਰਤਾਰ ਸਿੰਘ ਹੁਣੀ ਉੱਥੋਂ ਚੱਲ ਪਏ ਜਦੋਂ ਉੱਥੋਂ ਚੱਲੇ ਤਾਂ ਹੁਣ ਉਹ ਜਿਹੜਾ ਸਿੰਘ ਸੀਗਾ ਜਿਹਦੇ ਅੰਦਰ ਇਹ ਗੱਲ ਦਾ ਜਿਹੜੀ ਸੀ ਘਰ ਕਰ ਗਏ ਉਹਨੇ ਕੀ ਦੇਖਿਆ ਕਿ ਕੁਦਰਤੀ ਹੈ ਨਾ ਥੋੜੇ ਚਿਰ ਬਾਅਦ ਜਥੇ ਦੇ ਸੰਗਤੇ ਰੌਲਾ ਪੈ ਗਿਆ ਕਿ ਇੱਕ ਸਿੰਘ ਨੇ ਕੋਈ ਨਿਸ਼ੀਲੀ ਦਵਾ ਪੀ ਲਈ ਆ ਜਦ ਇਨੀ ਗੱਲ ਹੋਈ ਉਹਥੇ ਰੌਲਾ ਪੈ ਗਿਆ ਜਦ ਰੌਲਾ ਪੈ ਗਿਆ ਤਾਂ ਉਹਨਾਂ ਨੇ ਜਾ ਕੇ ਸੰਤ ਕਰਤਾਰ ਸਿੰਘ ਨੂੰ ਦੱਸਿਆ ਕਿ ਜਥੇ ਦੇ ਇੱਕ ਸਿੰਘ ਨੇ ਕੋਈ ਨਸ਼ੀਲੀ ਦਵਾਈ ਕਿਸੇ ਕਾਰਨ ਕਰਕੇ ਪੀ ਲਈ ਜਦ ਇਨੀ ਗੱਲ ਹੋਈ ਬਾਬਾ ਕਰਤਾਰ ਸਿੰਘ ਹੁਣ ਹੁਣ ਜਦ ਉਹਦੀ ਹਾਲਤ ਦੇਖੀ ਉੱਚੀ ਉੱਚੀ ਕਹਿਣ ਲੱਗੇ ਕਹਿੰਦੇ ਛੇਤੀ ਕਰੋ ਛੇਤੀ ਕਰੋ ਕੋਈ ਗੱਡਾ ਲੈ ਕੇ ਆਵੋ ਇਸ ਸਿੰਘ ਨੂੰ ਹਸਪੀਟਲ ਲੈ ਕੇ ਜਾਓ ਉਹ ਕਿਤੇ ਦੀ ਹਾਲਤ ਨਾ ਵਿਗੜ ਜਵੇ ਜਦ ਇਨੀ ਗੱਲ ਹੋਈ ਸਾਰੀ ਨੱਠਪੱਟ ਪੈ ਗਈ ਉਹ ਗੱਡਾ ਇੱਕ ਲਿਆਂਤਾ ਗਿਆ ਉਹ ਤੇ ਉਹ ਸਿੰਘ ਨੂੰ ਜਿਹਨੇ ਦਵਾਈ ਪੀਤੀ ਸੀ ਫਟਫਟ ਪਾ ਕੇ ਜਦੋਂ ਹਸਪੀਟਲ ਲੈ ਕੇ ਜਾ ਰਹੇ ਸੀ ਬਾਕੀ ਨਾਲ ਦੇ ਸਿੰਘ ਤੋਂ ਜਿਹੜਾ ਸਿੰਘ ਸੀ ਰਸਤੇ ਦੇ ਵਿੱਚ ਦਮ ਤੋੜ ਗਿਆ ਜਦ ਜਦਾਂ ਦਮ ਤੋੜ ਗਿਆ ਤੇ ਫਿਰ ਗੱਡਾ ਵਾਪਸ ਲਾਏ ਆ ਕੇ ਮਹਾਂਪੁਰਖਣ ਕਹਿਣ ਲੱਗੇ ਜੀ ਇਹ ਤਾਂ ਰਸਤੇ ਦੇ ਦਮ ਤੋੜ ਗਿਆ ਜਦ ਇਨੀ ਕਹ ਬੱਬਾ ਜੀ ਕਹਿਣਗੇ ਉਹ ਚਲੋ ਪਰਮੇਸ਼ਰ ਦਾ ਪਾਣਾ ਹੈਗਾ ਹੁਣ ਪਾਈ ਕੀ ਕਰਨ ਇਹਦੀ লাশ ਦਾ ਜਿਹੜਾ ਇਤਲਾ ਇਹਦੇ ਮਾਪੇ ਮਾਤਾ ਪਿਤਾ ਨੂੰ ਦੇ ਦਿਓ ਇਹਦਾ ਸੰਸਕਾਰ ਕਰ ਦਿਓ ਇਸ ਤਰ੍ਹਾਂ ਕੀਤਾ ਗਿਆ ਜਦ ਇਸ ਤਰ੍ਹਾਂ ਕੀਤਾ ਗਿਆ ਜੇਸ ਸਿੰਘ ਨੂੰ ਮਹਾਂਪੁਰਖਾਂ ਨੇ ਦੱਸਿਆ ਸਿਕਾ ਕਿ ਜਥੇ ਜ ਮੌਤ ਹੋ ਜੇਣੀ ਉਹ ਸਿੰਘ ਬੜਾ ਹਾਰਾਨ ਹੈ ਕਿ ਮਹਾਂਪੁਰਖਾਂ ਨੂੰ ਜਦ ਪਹਿਲਾਂ ਹੀ ਪਤਾ ਸਿਕਾ ਇਸ ਸਿੰਘ ਦੀ ਜਥੇ ਜ ਮੌਤ ਹੋ ਜਾਣੀ ਆ ਤੇ ਫਿਰ ਮਹਾਂਪੁਰਖਾਂ ਨੇ ਰੋਕਿਆ ਕਾ ਤੇ ਨਹੀਂ ਗਾ ਉਹ ਫਿਰ ਸਿੰਘ ਸੀ ਮਹਾਂਪੁਰਖਾਂ ਦੇ ਪਾਸ ਆਇਆ ਤੇ ਬਾਬਾ ਕਰਤਾਰ ਸਿੰਘ ਨੂੰ ਕਹਿਣ ਲੱਗਾ ਕਿ ਜਿਹੜੀ ਘਟਨਾ ਦਾ ਤੁਹਾਨੂੰ ਪਹਿਲਾਂ ਪਤਾ ਸਿਕਾ ਇਹ ਫਿਰ ਕੱਢਣਾ ਰੋਕੀ ਕਿਉਂ ਨਹੀਂ ਜਦ ਇੰਨੀ ਗੱਲ ਹੋਈ ਤਾਂ ਸੰਤ ਕਰਤਾਰ ਸਿੰਘ ਨੇ ਕਹਿਣ ਲੱਗੇ ਕਿੰਨੇ ਵੀ ਭਾਈ ਕੀ ਕਰੀਏ ਅਸੀਂ ਪਰਮੇਸ਼ਰ ਦਾ ਜਿਹੜਾ ਕਰਮ ਹੈ ਕਰਮ ਨੂੰ ਬਦਲ ਨਹੀਂ ਸਕਦੇ ਹਾਂ ਵਾਹਿਗੁਰੂ ਦੇ ਪਾਣੀ ਦੇ ਵਿੱਚ ਰਹਿਣਾ ਹੈਗਾ ਇਹੋ ਹੀ ਸਿੱਖ ਦੀ ਨਿਸ਼ਾਨੀ ਹੈ ਉਸਨੇ ਵਾਹਿਗੁਰੂ ਦੀ ਰਜ਼ਾ ਨੂੰ ਮੰਨਣਾ ਹੈਗਾ ਨਾ ਕਿ ਉਹਨੇ ਪਰਮੇਸ਼ਰ ਦਾ ਜੋ ਕਰਮ ਹੈ ਉਸ ਕਰਮ ਦੇ ਵਿੱਚ ਆਪਣਾ ਕੋਈ ਦਖਲ ਦੇਣਾ ਹੈਗਾ ਇਸ ਨੂੰ ਹੁਕਮ ਰਜ਼ਾਈ ਆਖਦੇ ਜਦ ਇੰਨੀ ਗੱਲ ਹੋਈ ਤਾਂ ਸਿੰਘ ਚੁੱਪ ਕਰ ਰਿਹਾ ਬਾਅਦ ਵਿੱਚ ਉਹ ਸਿੰਘ ਨੇ ਸੋਚਿਆ ਵੀ ਮਾਹ ਪੁਰਖਾਂ ਨੇ ਜੋ ਮਿਲ ਘਟਨਾ ਦੱਸੀ ਕਿ ਉਹਨਾਂ ਮਨ ਨਾਲ ਦੇ ਜਥੇ ਦੇ ਸੰਗ ਅਨੁਸਾਰੀ ਗੱਲ ਦੱਸਾਂ ਪਰ ਹੁਣ ਮਹਾਂਪੁਰਖ ਦਾ ਹੁਕਮ ਸਿਕਾ ਵੀ ਪਾਈਏ ਗੱਲ ਕਿਸੇ ਨੂੰ ਦੱਸਣੀ ਨਹੀਂ ਜਦ ਇੰਨੀ ਗੱਲ ਹੋਈ ਉਹ ਜਿਹੜਾ ਸਿੰਘ ਸੀਗਾ ਉਹ ਆਪਣੇ ਜੀ ਤੋਂ ਬੜੀ ਗੱਲ ਦਬਾ ਕੇ ਰੱਖਿਆ ਕਰੇ ਪਰ ਢਿੱਡ ਦੇ ਵਿੱਚ ਉਹਦੀ ਗੱਲ ਰਹੇ ਨਾ ਕਰਦੇ ਕਰਦੇ ਉਹਨੇ ਮਨ ਤੇ ਆ ਵੀ ਭਾਈ ਹੁਣ ਕੀ ਕਰਾਂ ਮਹਾਂਪੁਰਖਾਂ ਦੇ ਪਾਸ ਚਲੇ ਜਾਂਦਾ ਤੇ ਜਦ ਬਾਬਾ ਜੀ ਦੇ ਪਾਸ ਗਿਆ ਕਹਿਣ ਲੱਗਾ ਜੀ ਮੇਰੇ ਅੰਦਰ ਜਿਹੜੀ ਗੱਲ ਹੈਗੀ ਆ ਇਹ ਹੁਣ ਰਹਿੰਦੀ ਨਹੀਂ ਮੈਂ ਸਿੰਘਾਂ ਨਾ ਕਰਦੇ ਆ ਜਦ ਇੰਨੀ ਗੱਲ ਹੋਈ ਤਾਂ ਸੰਤ ਕਰਤਾਰ ਸੁਣੀ ਕਹਿਣ ਲੱਗੇ ਕਿੰਨੇ ਜੇ ਤੂੰ ਸਿੰਘਾਂ ਨਾ ਕੀਤੀ ਹੈ ਨਾ ਤੇ ਉਸ ਦਿਨ ਤੇਰੀ ਮੌਤ ਹੋ ਜਾਣੀ ਯਾ ਦਿਨ ਹੀ ਗੱਲ ਹੋਈ ਤਾਂ ਉਹ ਸੈਂਗ ਡਰ ਗਿਆ। ਬਈ ਇਹ ਕਮਾਲ ਹੋ ਗਿਆ। ਮੇਰੇ ਦੇ ਅੰਦਰ ਤਾਂ ਬਹੁਤ ਜਿਆਦਾ دہشت ਬਣ ਗਈ ਆ। ਪਰ ਹੁਣ ਕਰੇ ਤੇ ਕੀ ਨਾ ਕਰੇ। ਗੱਲ ਦੱਸਣੀ ਚਾਹੁੰਦਾ ਸੀ ਪਰ ਮਾਹਪੁਰਖਾਂ ਨੇ ਨੂੰ ਮੌਤ ਦਾ ਡਰ ਦੇ ਦਿੱਤਾ। ਪਰ ਇੱਕ ਦਿਨ ਉਹ ਦੇ ਅੰਦਰੋਂ ਜਿਹੜੀ ਸੀ ਗੱਲ ਅੰਦਰ ਹੀ ਅੰਦਰ ਜਿਆਦਾ ਪੂਰੀ ਤਰ੍ਹਾਂ ਉਹ ਗੱਲ ਜਿਹੜੀ ਸੀ ਕਿ ਫੈਲ ਗਈ ਤੇ ਉਹ ਫਿਰ ਬਾਬਾ ਜੀ ਦੇ ਪਾਸ ਗਿਆ ਜਾ ਕੇ ਸੰਤਾਂ ਨੂੰ ਕਹਿਣ ਲੱਗਾ ਬਾਬਾ ਜੀ ਮੇਤੋਂ ਰੋਕ ਨਹੀਂ ਹੁੰਦਾ ਮੈਂ ਕੀ ਕਰਾਂ। ਜਦ ਇੰਨੀ ਗੱਲ ਹੋਈ ਤਾਂ ਸੰਤਾਸ ਕਹਿਣ ਲੱਗੇ ਚਲ ਠੀਕ ਅਗਰ ਤੇਰੇ ਕੋ ਰੋਕ ਨਹੀਂ ਹੁੰਦਾ ਤੇ ਸਾਡਾ ਫਿਰ ਥੋੜਾ ਟਾਈਮ ਰਹਿ ਗਿਆ ਹੈਗਾ ਜਦੋਂ ਅਸੀਂ ਵੀ ਪੰਜ ਭੂਤਿਕ ਸਰੀਰ ਤਿਆਗ ਦੇਾਂਗੇ ਹਨ ਤੇ ਤੂੰ ਫਿਰ ਬਾਅਦ ਦੇ ਵਿੱਚ ਸੰਸਾਰੀ ਲੋਕਾਂ ਨਾਲ ਜਿੰਨਾ ਮਰਜ਼ੀ ਗੱਲ ਕਰ ਲੈ ਫਿਰ ਤੈਨੂੰ ਛੁੱਟੀ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਕਹਿਣ ਲੱਗੇ ਕਿ ਮਹਾਂਪੁਰ ਕੋਟਾਡੇ ਹੁੰਦੇ ਆ ਗੱਲ ਕਰਨ ਦੇ ਵਿੱਚ ਕੀ ਹਰਜਾ ਤੇ ਤੁਸੀਂ ਕਹਿੰਦੇ ਬਾਅਦ 'ਚ ਗੱਲ ਕਰ ਲੈ ਤੇ ਸੰਤ ਕਹਿਣ ਲੱਗੇ ਪਾਈ ਇਸ ਕਰਕੇ ਅਸੀਂ ਰੱਖਦੇ ਆ ਕਿਉਂਕਿ ਇਹ ਗੱਲ ਜੇ ਸਾਡੇ ਹੁੰਦਿਆਂ ਹੋ ਗਈ ਹੈ ਨਾ ਤੇ ਸੰਸਾਰੀ ਲੋਕੀ ਜਿਹੜੇ ਉਹ ਸਾਨੂੰ ਅੰਤਰਜਾਮੀ ਕਹਿ ਕੇ ਤੇ ਸਾਡੀ ਦੇਹ ਨੂੰ ਪੂਜਣ ਲੱਗ ਜਾਣਗੇ ਇਸ ਕਰਕੇ ਸੰਸਾਰੀ ਲੋਕ ਸਾਡੀ ਦੇਹ ਨੂੰ ਨਾ ਪੂਜਣ ਨਾ ਮੱਥੇ ਟੇਕਣ ਇਸ ਕਰਕੇ ਅਸੀਂ ਤੈਨੂੰ ਇਹ ਆਖ ਦਿੰਨੇ ਆ ਕਿ ਇਹ ਗੱਲ ਜਿਹੜੀ ਆ ਇਹ ਸਾਡੀ ਦੇਹ ਦੇ ਸੰਸਕਾਰ ਤੋਂ ਬਾਅਦ ਤੈਂ ਫਿਰ ਸੰਸਾਰ ਦੇ ਕਰਨ ਦਾ ਤੂੰ ਅਧਿਕਾਰੀ ਹੈਗਾ ਉਹ ਤੋਂ ਬਾਅਦ ਜਦੋਂ ਫਿਰ ਸੰਤ ਕਰਤਾਰ ਸਿੰਘ ਨੇ ਆਪਣਾ ਪੰਜ ਭੂਤਿਕ ਸਰੀਰ त्यागਿਆ ਸੀ ਫੇ ਇਹ ਗੱਲ ਜਿਹੜੀ ਸੀ ਉਹ ਸਿੰਘ ਨੇ ਬਾਕੀ ਜਿਹੜੇ ਜਥੇਦ ਸਿੰਘ ਸੀ ਉਹਨਾਂ ਨਾਲ ਸਾਂਝੀ ਕੀਤੀ ਸੀ ਇਸ ਤਰ੍ਹਾਂ ਮਹਾਂਪੁਰਖ ਦੇ ਦੀ ਪੂਜਾ ਨਾ ਹੋਵੇ ਕਿਹਆਂ ਗੱਲਾਂ ਤੇ ਉੱਤੇ ਪੜਦਾ ਰੱਖ ਲੈਂਦੇ ਆ ਪਰ ਇਹ ਜਿਹੜੀ ਦੇ ਸੰਤਾਂ ਮਹਾਂਪੁਰਖਾਂ ਦੀ ਆ ਇਹ ਇਹਦਾ ਫਲ ਕਿੱਡਾ ਵੱਡਾ ਹੈਗਾ ਇਹ ਸੰਤ ਬੱਬਾ ਈਸ਼ਰ ਸਿੰਘ ਹੋਣਾ ਦੀ ਇੱਕ ਘਟਨਾ ਤੋਂ ਪਤਾ ਲੱਗਦਾ ਇੱਕ ਹਨਾ ਲੰਬੜਦਾਰ ਸਗਾ ਉਹ ਜਿਹੜਾ ਲੰਬੜਦਾਰ ਸੀ ਸੰਤ ਮਹਾਂਪੁਰਖ ਬੱਬਾ ਈਸ਼ਰ ਸਿੰਘ ਹੋਣਾ ਦੀ ਬੜੀ ਨਿੰਦਾ ਕਰਦਾ ਹੁੰਦਾ ਸੀ ਤੇ ਪਰ ਉਹ ਲੰਬੜਦਾਰ ਨੇ ਕਦੀ ਸੰਤਾਂ ਦੇ ਦਰਸ਼ਨ ਨਹੀਂ ਕੀਤੇ ਕਦੀ ਬਚਨ ਨਹੀਂ ਸੁਣੇ ਕਦੀ ਦੀਵਾਨ ਨਹੀਂ ਸੁਣਿਆ ਬਸ ਕੇਵਲ ਟੇਕੇਵਲ ਜਿਹੜਾ ਬੇ ਸੰਤਿ ਸ਼ਰ ਸਿੰਘ ਰਾੜੇ ਸਾਹਿਬ ਵਾਲੇ ਮਹਾਂਪੁਰਖ ਨੇ ਨਿੰਦਾ ਕਰੀ ਜਾਣੀ ਨਿੰਦਾ ਕਰੀ ਜਾਣੀ ਤੇ ਕਈ ਜਿਹੜੇ ਸੰਗਤ ਦੇ ਪ੍ਰੇਮੀ ਸੀਗੇ ਹਨਾ ਉਹ ਨਿੰਦਾ ਸੁਣ ਸੁਣ ਕੇ ਮਨ ਦੇ ਵਿੱਚ ਇੰਨੇ ਜਿਆਦਾ ਗ੍ਰੋਧਿਤ ਹੋ ਗਏ ਸੀ ਉਹਨਾਂ ਨੇ ਕਈ ਵਾਰੀ ਸੰਤਾਂ ਨੂੰ ਵਖਣਾ ਬਾਬਾ ਜੀ ਅਗਰ ਤੁਸੀਂ ਕਹੋ ਹਨਾ ਉਹ ਜਿਹੜਾ ਲੰਬੜਦਾਰ ਆ ਉਹ ਜਿਹਦੇ ਕੋਲ ਟਾੜੀ ਨਿੰਦਾ ਕਰਦਾ ਰਹਿੰਦਾ ਹੈਗਾ ਅਸੀਂ ਉਹਦਾ ਸੋਧਾ ਲਾ ਲਈ ਜਦ ਇਹ ਨਹੀਂ ਗਲੇ ਸੰਤਾਂ ਅਸਕੇ ਕਰਨ ਲੱਗੇ ਕਹਿੰਦੇ ਨਹੀਂ ਭਾਈ ਟਾੜੀ ਨਜ਼ਰ ਜੋ ਸਾਡਾ ਨਿੰਦਾਕ ਉੱਪਰ ਸਾਡਾ ਉਹ ਮਿੱਤਰ ਹੈਗਾ ਉਹ ਤਾਂ ਸਮਾ ਸਾਡੇ ਜਿਹੜੇ ਪਾਪ ਹੈ ਜਨਮ ਜਿਵਨਤਰਾਂ ਦੇ ਉਹ ਤੋਂ ਦਾ ਹੈਗਾ ਹੁਣ ਇਹ ਤੋਂ ਵੱਡਾ ਬਿੱਤਰ ਕਿਹੜਾ ਹੋ ਸਕਦਾ ਹੈ ਜਦ ਇੰਨੀ ਗੱਲ ਹੋਈ ਤਾਂ ਸਿੰਘ ਨਾਲ ਦੇ ਚੁੱਪ ਕਰ ਜਾਗਾ ਗੱਲ ਕੀ ਇੱਕ ਵਾਰੀ ਉਹ ਸਮਾ ਆ ਗਿਆ ਜਦੋਂ ਸੰਤ ਬੱਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਆਪਣਾ ਜਿਹੜਾ ਸਰੀਰ ਤਿਆਗਣ ਦਾ ਫੈਸਲਾ ਕੀਤਾ ਤੇ ਉਸ ਟਾਈਮ ਆ ਪੁਰਖ ਨੇ ਇੰਗਲੈਂਡ ਜਾਣਾ ਸੀਗਾ ਜਦ ਇੰਗਲੈਂਡ ਜਾਣਾ ਸੀਗਾ ਤੇ ਉਹ ਸਟੈਂਪ ਸੰਤਾਨੀ ਸੰਗਤ ਨੂੰ ਇਹ ਆਖ ਦਿੱਤਾ ਸੀਗਾ ਬਪਾਈ ਜਿੰਨੇ ਵੀ ਸਾਨੂੰ ਮਿਲਣਾ ਹਨ ਉਹ ਮਿਲ ਸਕਦਾ ਹੈਗਾ ਫਿਰ ਸਮਾਂ ਹੈਗਾ ਜਦ ਇਨੀ ਗੱਲ ਹੋਈ ਤਾਂ ਬਹੁਤ ਸਾਰੀ ਸੰਗਤ ਜਿਹੜੀ ਸੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਰਾੜਾ ਸਾਹਿਬ ਪਹੁੰਚਣ ਲੱਗੀ ਜਦ ਪਹੁੰਚਣ ਲੱਗੀ ਇਸ ਲੰਬੜਦਾਰ ਨੂੰ ਵੀ ਕਿਸੇ ਨੇ ਦੱਸ ਦਿੱਤਾ ਕਿ ਸੰਤਿਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਇੰਗਲੈਂਡ ਜਾ ਰਹੇ ਆ ਤੂੰ ਸਾਰੀ ਉਮਰ ਉਹਨਾਂ ਦੀ ਨਿੰਦਾ ਕੀਤੀ ਹੈ ਤੇ ਲੱਖਾਂ ਦੁਨੀਆ ਜਿਹੜੀ ਉਹ ਰਾੜਾ ਸਾਹਿਬ ਇਕੱਠੀ ਹੋਈ ਆ ਜੇ ਤੇਰੇ ਕਰਮ ਚੰਗੇ ਤੂੰ ਜਾ ਕੇ ਉਹਨਾਂ ਦੇ ਪੈਰੀਂ ਪੈ ਜਾ ਤਾਂ ਮਾਫੀ ਮੰਗ ਲੈ ਅਜੇ ਵੀ ਸਮਾਂ ਹੈਗਾ ਅਜੀਬ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਦ ਇੰਨੀ ਗੱਲ ਹੋਈ ਪਹਿਲਾਂ ਤੋਂ ਲੰਬੜਦਾਰ ਜਿਹੜਾ ਸੀ ਕੋ ਮੰਨੇ ਨਾ ਪਰ ਜਦ ਕਰਦਿਆਂ ਨੇ ਤੇ ਉਹਦੀ ਜਿਹੜੀ ਨਾਲ ਦੇ ਹੋਰ ਸੱਜਣ ਮਿੱਤਰ ਸੀ ਉਹਨਾਂ ਨੇ ਉਸ ਨੂੰ ਬਾਰ-ਬਾਰ ਜ਼ੋਰ ਦਿੱਤਾ ਤਾਂ ਫਿਰ ਅਖੀਰ ਮੰਨ ਗਿਆ ਜਦ ਮੰਨ ਗਿਆ ਤੇ ਆਪਣੇ ਘਰ ਦੇ ਰਿਸ਼ਤੇਦਾਰਾਂ ਦੇ ਨਾਲ ਤੇ ਹੋਰ ਆਪਣੇ ਜਿਹੜੇ ਉਹਦੀ ਸੱਜਣ ਬੇਲੀ ਸੀ ਉਹਨਾਂ ਨਾਲ ਲੈ ਕੇ ਰਾੜਾ ਸਾਹਿਬ ਪਹੁੰਚ ਗਿਆ ਜਦ ਪਹੁੰਚ ਗਿਆ ਤੇ ਇਧਰ ਦਵਾਨ ਦੀ ਸਮਾਪਤੀ ਹੋਈ ਤੇ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਕੁਦਰਤੀ ਉਹ ਹੱਥ ਦੇ ਵਿੱਚ ਖੁੰਡੀ ਫੜੀ ਤੇ ਰੇਸ਼ਮੀ ਕੱਪੜੇ ਪਾਈ ਬਾਹਰ ਆ ਰਹੇ ਸੀ ਜਦ ਬਾਹਰ ਆਏ ਇਸ ਇਹ ਲੰਮੜ ਦਾ ਜਿਹੜਾ ਬਾਬਾ ਜੀ ਦੇ ਪੈਰਾਂ ਤੇ ਡਿੱਗ ਪਿਆ ਪੈਰਾਂ ਦੇ ਡਿੱਗ ਪਿਆ ਸੰਤ ਕਹਿਣ ਲੱਗੇ ਹਾਂ ਬਈ ਲੰਮੜ ਦਾ ਕੀ ਗੱਲ ਹੋਏ ਇਹ ਰੋਣ ਲੱਗ ਪਿਆ ਸੰਤ ਕਹਿਣ ਲੱਗੇ ਤੂੰ ਕੀ ਰੋਂਦਾ ਤੂੰ ਤਾਂ ਸਾਡਾ ਬੜਾ ਤਕੜਾ ਮਿੱਤਰ ਵਾ ਉਹ ਕਹਿਣ ਲੱਗਾ ਮਾਮਪੁਰਖੋਂ ਮਿੱਤਰ ਤੈਨੂੰ ਛੱਡੋ ਮੈਂ ਤਾਂ ਸਾਰੀ ਉਮਰ ਢੱਡੀ ਨਿੰਦਾ ਕੀਤੀ ਕੋਈ ਵੀ ਇੱਕ ਚੰਗਾ ਲਫ਼ਜ਼ ਜਿਹੜਾ ਹਨ ਢੱਡੇ ਬਾਰੇ ਕਦੀ ਨਹੀਂ ਕਿਸੇ ਨੂੰ ਮੈਂ ਬੋਲਿਆ ਹਮੇਸ਼ਾ ਨਿੰਦਾ ਹੀ ਕਰਦਾ ਰਿਹਾ ਨਿੰਦਾ ਹੀ ਕਰਦਾ ਰਿਹਾ ਜਦ ਇੰਨੀ ਗੱਲ ਹੋਈ ਸੰਤ ਕਹਿੰਦੇ ਤੇ ਚਾਹੁੰਦਾ ਕਿ ਇਹ ਕਿੰਨਾ ਬਸ ਇਹੋ ਹੀ ਆ ਕਿ ਤੁਸੀਂ ਮਰਤੇ ਕਿਰਪਾ ਕਰੋ ਮੈਨੂੰ ਬਖਸ਼ ਲੋ ਜਦ ਇੰਨੀ ਗੱਲ ਹੋਈ ਸੰਤ ਕਹਿਣ ਲੱਗੇ ਕਿ ਇਹ ਦੇਖ ਪਾਈ ਇੱਕ ਇਸ ਮਾਦ ਦੋ ਦਾ ਨਿਜਮ ਹੈਗਾ ਕਾਲ ਯੁਗ ਦਾ ਕਿ ਜਿੱਦਾਂ ਦਾ ਕੋਈ ਕਰੂਗਾ ਉਦਾਂ ਦਾ ਭਰੂਗਾ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜਦ ਇੰਨੀ ਗੱਲ ਹੋਈ ਉਹ ਲੰਬੜਦਾਰ ਨੂੰ ਕਿਸੇ ਨੇ ਚੰਗੀ ਤਰ੍ਹਾਂ ਪੜਾਇਆ ਸੀਗਾ ਅਗਰ ਸੰਤ ਤੇਨੂੰ ਮਾਫ ਨਹੀਂ ਕਰਨਗੇ ਤੇ ਤੂੰ ਸੁਖ ਨਹੀਂ ਸਕਦੀ ਆ ਪੰਕਤੀ ਸੰਤਾ ਮੂਰੇ ਬੋਲ ਦੇ ਕਿ ਨਾਨਕ ਸੰਤ ਭਾਵੇ ਤਾਂ ਨਿੰਦਕ ਵੀ ਦਤ ਤਰੇ ਅਗਰ ਸੰਤ ਚਾਵੇ ਤਾਂ ਨਿੰਦਿਆ ਨਿੰਦਕ ਨੂੰ ਵੀ ਤਾਰ ਸਕਦਾ ਹੈਗਾ ਜਦ ਇੰਨੀ ਗੱਲ ਹੋਈ ਲੰਬੜਦਾਰ ਨੂੰ ਲੰਬੜਦਾਰ ਜਿਹੜਾ ਸੀ ਬਾਬਾ ਐਸ਼ਾ ਸਿੰਘ ਉਹਨਾਂ ਨੂੰ ਕਹਿਣ ਲੱਗਾ ਕਿ ਇਹਨਾਂ ਨੇ ਲੱਗਾ ਬਾਬਾ ਜੀ ਆ ਜਿਹੜੀ ਬਾਣੀ ਆ ਇਹ ਸੱਚ ਆ ਕਿ ਝੂਠ ਆ ਜਦ ਇੰਨੀ ਗੱਲ ਵੀ ਸੰਤ ਕਹਿੰਦੇ ਤੂੰ ਕੀ ਸਮਝਦਾ ਹੈਗਾ ਹਾਂਜੀ ਬਾਣੀ ਤਾਂ ਵੱਡਾ ਸੱਚ ਕੀ ਹੋ ਸਕਦਾ ਹੈ ਉਹ ਕਹਿਣ ਲੱਗਾ ਜੀ ਵਾਕਿਆ ਤੇ ਪੰਕਤੀ ਆ ਕਿ ਅਗਰ ਸੰਤ ਚਾਹੇ ਤੇ ਉਹ ਨਿੰਦਕ ਦਾ ਵੀ ਪਾਰ ਉਤਾਰਾ ਕਰ ਸਕਦਾ ਹੈਗਾ ਤੇ ਇਸ ਕਰਕੇ ਹੁਣ ਤੁਸੀਂ ਕਿਰਪਾ ਮਰਤੇ ਕਰੋ ਕਿਉਂਕਿ ਸੰਤਾਂ ਦਾ ਸੁਭਾਅ ਤਾਂ ਸਦਾ ਪਰਉਪਕਾਰੀ ਹੈ ਜਦ ਇਹ ਨਹੀਂ ਗੱਲ ਹੋਈ ਤਾਂ ਫਿਰ ਸੰਤ ਮਹਾਂਪੁਰਖ ਬਾਬਾ ਇਸ਼ਰ ਸਿੰਘ ਜੀ ਚੁੱਪ ਕਰ ਗਏ ਦੱਸਦੇ ਆ ਕਿ ਸੰਤ ਇਸ਼ਰ ਸਿੰਘ ਉਹਨਾਂ ਦੀਆਂ ਅੱਖਾਂ ਜਿਹੜੀਆਂ ਸੀ ਮੂਦ ਹੋ ਗਈਆਂ तकरीबन 5 ਮਿੰਟ ਸੰਤ ਜਿਹੜੀ ਸੀ ਅੱਖਾਂ ਮੀਟ ਕੇ ਖੜੇ ਰਹੇ ਤੇ ਇਹ ਨਜ਼ਾਰਾ ਲੱਖਾਂ ਸੰਗਤਾਂ ਨੇ ਦੇਖਿਆ ਤੇ 5 ਮਿੰਟਾਂ ਬਾਅਦ ਸੰਤ ਫਿਰ ਇਸ਼ਰਤ ਸਿੰਘ ਬਾਬਾ ਜੀ ਉਸ ਲੰਬੜਦਾਨ ਨੂੰ ਕਹਿਣ ਲੱਗੇ ਕਹਿੰਦੇ ਲੰਬੜਦਾਰਾ ਅਗਰ ਤੂੰ ਸਾਡਾ ਇੱਕ ਵੀ ਦੀਵਾਨ ਕਿਤੇ ਸੁਣਿਆ ਹੁੰਦਾ ਹਨਾ ਤੇ ਇੱਕ ਦੀਵਾਨ ਸੁਣਿਆ ਹੁੰਦਾ ਤੇ ਤੇਰੀ ਜਿਹੜੀ ਸੀ ਉਹ ਬੰਦ ਖਲਾਸੀ ਹੋ ਜਾਣੀ ਸੀ ਪਰ ਤੇਰੇ ਕਰਮਾਂ 'ਚ ਨਹੀਂ ਸੀਗਾ ਕਿ ਤੂੰ ਸਾਡਾ ਦੀਵਾਨ ਸੁਣ ਸਕੇ ਪਰ ਹਾਂ ਹੁਣ ਇੰਨਾ ਜ਼ਰੂਰ ਆ ਕਿ ਸਾਡੇ ਹੁੰਦਿਆਂ ਤੂੰ ਸਾਡੀ ਇਸ ਪੰਜ ਭੂਤਕ ਦੇਹੀ ਇਹਦੇ ਜਿਹੜੇ ਸਰੀਰ ਦੇ ਤੈਂ ਹੁੰਦਿਆਂ ਸਾਡੇ ਹੁੰਦਿਆਂ ਦਰਸ਼ਨ ਕਰ ਲੈ ਸਾਡੀ ਦੇਹ ਦੇ ਤੇ ਇਸ ਦੇਹ ਦੇ ਦਰਸ਼ਨ ਕਰਨ ਦਾ ਤੈਨੂੰ ਫਲ ਜਿਹੜਾ ਹੈਗਾ ਉਹ ਇਹ ਮਿਲ ਜਾਊਗਾ ਕਿ ਤੈਨੂੰ ਅਗਲਾ ਜਨਮ ਜਿਹੜਾ ਹੈਗਾ ਉਹ ਦੁਬਾਰਾ ਫੇਰ ਇਸ ਮਨੁੱਖ ਜਮੇ ਦੇ ਵਿੱਚ ਮਿਲੂਗਾ ਜਦ ਮਹਾਂਪੁਰਖ ਨੇ ਬਚਨ ਕੀਤਾ ਸਾਰੇ ਸੰਗਤ ਜਿਹੜੀ ਸੀ ਦੇਖ ਕੇ ਹੈਰਾਨ ਹੋਈ ਤਾਂ ਸੰਤ ਮਹਾਂਪੁਰਖ ਫੇਓ ਲੰਬੜਦਾਰ ਨੂੰ ਕਹਿਣ ਲੱਗੇ ਕਹਿੰਦੇ ਲੰਬੜਦਾਰਾ ਅਗਲਾ ਜਿਹੜਾ ਜਨਮ ਤੈਨੂੰ ਫੇਰ ਮਨੁੱਖ ਦਾ ਮਿਲੂਗਾ ਉਸ ਜਨਮ ਨੂੰ ਭਾਈ ਤੂੰ ਸੰਭਾਲ ਕੇ ਰੱਖ ਲੈ ਅਗਰ ਤੂੰ ਸੰਭਾਲ ਕੇ ਰੱਖੂਗਾ ਕਿਤੇ ਸੰਤ ਸਾਧੂ ਦੀ ਤੂੰ ਸੇਵਾ ਕਰ ਲਊਗਾ ਉਹਨੇ ਦੇ ਬਚਨ ਸਰਵਣ ਕਰ ਲਊਗਾ ਤਾਂ ਤੇਰਾ ਪਾਰ ਧਾਰਾ ਹੋ ਜਾਊਗਾ ਤੇ ਤੂੰ ਜੇ ਅਗਲਾ ਜਨਮ ਜਿਹੜਾ ਸ਼ਰਾਬ ਜੂਏ ਬਾਜੀ ਤੇ ਆਮ ਨਿੰਦਾ ਦੇ ਵਿੱਚ ਬਤੀਤ ਕਰ ਦੂੰਗਾ ਫੇਰ ਪਾਈ ਅਸੀਂ ਕੁਝ ਕਹਿ ਨਹੀਂ ਸਕਦੇ ਜਦ ਇੰਨੀ ਗੱਲ ਹੋਈ ਤਾਂ ਬਸ ਫੇਰ ਕੀ ਸੀ ਇਹ ਕਹਿ ਕੇ ਸੰਤ ਮਹapurkh ਬਾਬਾ ਈਸ਼ਰ ਸਿੰਘ ਜੀ ਉੱਥੋਂ ਜਿਹੜੇ ਸੀਗੇ ਉਹ ਚੱਲਦੇ ਹੋਏ ਸੋ ਕਹਿਣ ਤੋਂ ਪਾਵੇ ਆ ਕਿ ਜਿਨ੍ਹਾਂ ਸੱਜਣਾ ਨੇ ਗੁਰਸਿੱਖਾਂ ਨੇ ਸੰਤ ਮਹapurkh ਜਿਨ੍ਹਾਂ ਦੇ ਦੀਵਾਨ ਬਚਨ ਕਥਾ ਕਹਾਣੀਆਂ ਤੇ ਸਰਮਣ ਕੀਤੀਆਂ ਪਰ ਜਿਨ੍ਹਾਂ ਨੇ ਪੰਜ ਭੂਤਿਕ ਸਰੀਰ ਦੇ ਵੀ ਕਿਤੇ ਅਚਨਚੇਤ ਦਰਸ਼ਨ ਕਰ ਲਏ ਉਹਨਾਂ ਦੀ ਨજર ਹਨ ਸੰਤਮਾ ਪੁਰਖਾਂ ਦੇ ਸਰੀਰ ਤੇ ਵੀ ਪੈ ਗਈ। ਉਹਨਾਂ ਦਾ ਵੀ ਜਿਹੜਾ ਹਨ ਪਾਰ ਉਤਾਰਾ ਹੋ ਜਾਂਦਾ ਕਿਵੇਂ ਉਹਨਾਂ ਨੂੰ ਫਿਰ ਦੁਬਾਰਾ ਫਿਰ ਮਨੁੱਖਾ ਦੇਹੀ ਮਿਲ ਜਾਂਦੀ ਇੱਕ ਮੌਕਾ ਫਿਰ ਉਹਨਾਂ ਨੂੰ ਜਿਹੜਾ ਪਰਮੇਸ਼ਰ ਦਿੰਦਾ ਹੈਗਾ ਕਿ ਇਹਨੇ ਸੰਤਮਾ ਪੁਰਖਾਂ ਦੇ ਪੰਜ ਭੂਤਿਕ ਸਰੀਰ ਦੇ ਦਰਸ਼ਨ ਕੀਤੇ ਆ ਇਸ ਕਰਕੇ ਇਹਨੂੰ ਇੱਕ ਮੌਕਾ ਦੁਬਾਰਾ ਫਿਰ ਮਨੁੱਖਾ ਦੇਹੀ ਦਾ ਦਿੱਤਾ ਜਾਵੇ ਤੇ ਉਸ ਨੂੰ ਫਿਰ ਮਨੁੱਖਾ ਦੇਹੀ ਪ੍ਰਾਪਤ ਹੋ ਜਾਂਦੀ ਆ ਤੇ ਬਾਕੀ ਫਿਰ ਉਹਦੇ ਕਰਮ ਹੈਗੇ ਆ। ਕਿ ਅਗਰ ਉਹ ਇਹ ਮਨੁੱਖਾ ਦੇਹੀ ਦੇ ਵਿੱਚ ਆ ਕੇ ਆਪਣੇ ਆਪ ਨੂੰ ਸੰਭਾਲ ਲਵੇ ਤਾਂ ਉਹ ਦਾ ਫਿਰ 84 ਲੱਖ ਜੂਨਾ ਦੇ ਵਿੱਚੋਂ ਫਿਰ ਉਹ ਪਾਰਤਾਰਾ ਹੋ ਜਾਂਦਾ ਨਹੀਂ ਤਾਂ ਫਿਰ ਦੁਬਾਰਾ ਅਗਰ ਉਹ ਜਨਮ ਉਹਦੇ ਹੱਥੋਂ ਚਲੇ ਗਿਆ ਤਾਂ ਫਿਰ ਭਾਈ ਆਵਾ ਗਬਣ ਦਾ ਜਿਹੜਾ ਚੱਕਰ ਉਹ ਫਿਰ ਕਦੀ ਖਤਮ ਨਹੀਂ ਹੁੰਦਾ ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਨਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੁਈਆਂ ਬਿਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਸੋ ਫਤਿਹ ਬਲਾ ਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ